ਕੀਰਤੀ ਚੱਕਰ ਨਾਲ ਸਨਮਾਨਿਤ ਮਰਹੂਮ ਕੈਪਟਨ ਅੰਸ਼ੂਮਾਨ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਮਰਨ ਉਪਰੰਤ ਸਨਮਾਨ ਮਿਲਣ ਤੋਂ ਬਾਅਦ ਭਾਰਤੀ ਫੌਜ ਦੀ ਨਜ਼ਦੀਕੀ ਰਿਸ਼ਤੇਦਾਰ ਨੀਤੀ ਯਾਨੀ ਕਿ ਨੀਅਰੈਸਟ ਆਫ ਕਿਨ ਨਿਯਮ ਵਿੱਚ ਸੋਧ ਦੀ ਮੰਗ ਕੀਤੀ ਹੈ। ਇਸ ਨੀਤੀ ਦੇ ਤਹਿਤ ਫੌਜੀ ਜਵਾਨ ਦੀ ਮੌਤ ਹੋਣ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਅਤੇ ਸਨਮਾਨ ਦਿੱਤਾ ਜਾਂਦਾ ਹੈ। ਕੀਰਤੀ ਚੱਕਰ ਬਹਾਦਰੀ ਲਈ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਉੱਚ ਸ਼੍ਰੇਣੀ ਦਾ ਪੁਰਸਕਾਰ ਹੈ। ਪਿਛਲੇ ਸਾਲ ਜੁਲਾਈ ਵਿੱਚ ਸਿਆਚਿਨ ਵਿੱਚ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਕੈਪਟਨ ਅੰਸ਼ੂਮਾਨ ਸਿੰਘ ਦੀ ਮੌਤ ਹੋ ਗਈ ਸੀ। ਰਾਸ਼ਟਰਪਤੀ ਭਵਨ ਵਿੱਚ ਮਰਹੂਮ ਕੈਪਟਨ ਦੀ ਮਾਂ ਮੰਜੂ ਸਿੰਘ ਅਤੇ ਪਤਨੀ ਸਮ੍ਰਿਤੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਇਹ ਪੁਰਸਕਾਰ ਸਵੀਕਾਰ ਕੀਤਾ। ਪਰ ਹੁਣ ਕੈਪਟਨ ਅੰਸ਼ੂਮਨ ਦੇ ਮਾਂ ਬਾਪ ਚਾਹੁੰਦੇ ਨੇ ਕਿ NOK ਨੀਤੀ ਵਿੱਚ ਵੀ ਬਦਲਾਅ ਕੀਤਾ ਜਾਵੇ ਤਾਂ ਜੋ ਫੌਜੀ ਦੀ ਮੌਤ ਹੋਣ ਤੇ ਆਰਥਿਕ ਸਹਾਇਤਾ ਅਤੇ ਸਨਮਾਨ ਸਿਰਫ ਪਤਨੀ ਨੂੰ ਹੀ ਨਾ ਦਿੱਤੇ ਜਾਣ ਸਗੋਂ ਉਸ ਵਿੱਚ ਬਾਕੀ ਪਰਿਵਾਰ ਨੂੰ ਵੀ ਸ਼ਾਮਿਲ ਕੀਤਾ ਜਾਵੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅੰਸ਼ੂਮਾਨ ਸਿੰਘ ਦੇ ਪਿਤਾ ਰਵੀ ਪ੍ਰਤਾਪ ਸਿੰਘ, ਜੋ ਖੁਦ ਵੀ ਫੌਜ ਤੋਂ ਰਿਟਾਇਰਡ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਅਸੀਂ ਕੀਰਤੀ ਚੱਕਰ ਨੂੰ ਆਪਣੇ ਘਰ ਨਹੀਂ ਲਿਆ ਸਕੇ। ਇੱਕ ਅਜਿਹਾ ਵਿਆਪਕ ਅਤੇ ਸਾਰਿਆਂ ਨੂੰ ਪ੍ਰਵਾਨ ਨਿਯਮ ਬਣਾਉਣਾ ਚਾਹੀਦਾ ਹੈ ਜੋ ਦੋਵਾਂ ਪਰਿਵਾਰਾਂ ਨੂੰ ਵਿਰੋਧੀ ਅਤੇ ਸਹਿਯੋਗੀ ਸਥਿਤੀ ਵਿੱਚ ਸਵੀਕਾਰ ਹੋਵੇ। ਕਿਸੇ ਦੇ ਹੱਕਾਂ ਅਤੇ ਫਰਜ਼ਾਂ ਦਾ ਕਾਣ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ NOK ਸਿਸਟਮ ਵਿੱਚ ਰਚਨਾਤਮਕ ਬਦਲਾਅ ਦੀ ਲੋੜ ਹੈ। ਅੰਸ਼ੂਮਾਨ ਸਿੰਘ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਕੀਰਤੀ ਚੱਕਰ ਉਹਨਾਂ ਦੀ ਨੂੰਹ ਸਮ੍ਰਿਤੀ ਆਪਣੇ ਨਾਲ ਹੀ ਲੈ ਗਏ ਨੇ। ਇਸੇ ਵਿਚਾਲੇ ਕੈਪਟਨ ਅੰਸ਼ੂਮਾਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ ਨੇ ਆਪਣੇ ਸੱਸ ਸਹੁਰੇ ਦੇ ਇਲਜ਼ਾਮਾਂ ਤੇ ਪ੍ਰਤੀਕਿਰਿਆ ਦਿੱਤੀ ਹੈ। ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਅੰਸ਼ੂਮਾਨ ਸਿੰਘ ਦੀ ਪਤਨੀ ਸਮ੍ਰਿਤੀ ਨੇ ਕਿਹਾ ਹੈ ਕਿ ਮੈਨੂੰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਸ ਦੀ ਜਿਵੇਂ ਦੀ ਸੋਚ ਹੈ ਉਹ ਉਵੇਂ ਦਾ ਹੀ ਕਹੇਗਾ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਅਜੇ ਮੈਂ ਬਾਹਰ ਹਾਂ। ਮੈਂ ਅਜੇ ਤੱਕ ਅੰਸ਼ੂਮਾਨ ਸਿੰਘ ਦੇ ਮਾਤਾ ਪਿਤਾ ਦਾ ਵੀਡੀਓ ਨਹੀਂ ਦੇਖਿਆ ਹੈ। ਪਹਿਲਾਂ ਵੀਡੀਓ ਦੇਖਾਂਗੀ, ਫਿਰ ਕਾਲ ਕਰਾਂਗੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ NOK ਕੀ ਹੈ ਜਿਸ ਨੂੰ ਲੈ ਕੇ ਇਹ ਵਿਵਾਦ ਖੜਾ ਹੋਇਆ। ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਸ਼ਬਦ ਦਾ ਮਤਲਬ ਹੈ ਕਿਸੇ ਵਿਅਕਤੀ ਦੇ ਪਤੀ ਜਾਂ ਪਤਨੀ, ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਜਾਂ ਕਾਨੂੰਨੀ ਗਾਰਜੀਅਨ ਤੋਂ ਹੈ। BBC ਨਾਲ ਗੱਲਬਾਤ ਕਰਦੇ ਹੋਏ ਰਿਟਾਇਰਡ ਲੈਫਟੀਨੈਂਟ ਜਨਰਲ ਨਿਤਿਨ ਕੋਹਲੀ ਕਹਿੰਦੇ ਨੇ ਕਿ ਹਰ ਸਰਵਿਸ ਪਰਸਨ ਨੂੰ ਸੇਵਾ ਦੇ ਦੌਰਾਨ ਆਪਣੇ ਨਜ਼ਦੀਕੀ ਰਿਸ਼ਤੇਦਾਰ ਯਾਨੀ NOK ਦਾ ਐਲਾਨ ਕਰਨਾ ਪੈਂਦਾ ਹੈ। NOK ਨੂੰ ਸਰਕਾਰ ਜਾਂ ਫੌਜ ਤੈਅ ਨਹੀਂ ਕਰਦੀ, ਇਹ ਵਿਅਕਤੀ ਨੂੰ ਖੁਦ ਤੈਅ ਕਰਨਾ ਪੈਂਦਾ ਹੈ। ਜੇ ਕਿਸੇ ਦਾ ਵਿਆਹ ਨਹੀਂ ਹੋਇਆ ਤਾਂ ਉਹ ਆਮ ਤੌਰ ਤੇ ਆਪਣੇ ਮਾਤਾ ਪਿਤਾ ਨੂੰ ਹੀ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਵਜੋਂ ਦਰਜ ਕਰਵਾਉਂਦੇ ਨੇ। ਉੱਥੇ ਹੀ ਵਿਆਹ ਹੋਣ ਤੋਂ ਬਾਅਦ ਇਹ ਬਦਲ ਕੇ ਜੀਵਨ ਸਾਥੀ ਹੋ ਜਾਂਦਾ ਹੈ। ਜੇ ਫੌਜੀ ਕੋਲ ਢੁਕਵੇਂ ਕਾਰਨ ਹਨ ਤਾਂ ਉਹ ਆਪਣਾ NOK ਬਦਲ ਸਕਦਾ ਹੈ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਨਾਮ ਨਾ ਲਿਖਣ ਦੀ ਸ਼ਰਤ ਤੇ ਇੱਕ ਹੋਰ ਰਿਟਾਇਰਡ ਲੈਫਟੀਨੈਂਟ ਜਨਰਲ ਨੇ ਕਿਹਾ ਕਿ ਬਹੁਤ ਸਾਰੇ ਨਵੇਂ ਲੋਕਾਂ ਨੂੰ NOK ਦੀ ਜਾਣਕਾਰੀ ਨਹੀਂ ਹੁੰਦੀ। ਇਸ ਸਥਿਤੀ ਵਿੱਚ ਯੂਨਿਟ ਦੇ ਲੋਕ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ ਕਿ ਉਹ NOK ਵਿੱਚ ਕਿਸ ਕਿਸ ਨੂੰ ਭਰ ਸਕਦੇ ਨੇ। ਉਹ ਦੱਸਦੇ ਨੇ ਕਿ ਜੇ ਕੋਈ ਮਹਿਲਾ ਦੂਜਾ ਵਿਆਹ ਕਰ ਲੈਂਦੀ ਹੈ ਤਾਂ ਕੀਰਤੀ ਚੱਕਰ ਮਾਤਾ ਪਿਤਾ ਕੋਲ ਚਲਿਆ ਜਾਂਦਾ ਹੈ। ਉਹ ਕਹਿੰਦੇ ਨੇ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਫੌਜੀ ਦੇ ਪਰਿਵਾਰ ਨੇ NOK ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੋਵੇ। ਕਾਰਗਿਲ ਯੁੱਧ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆਏ ਸਨ। ਉੱਥੇ ਹੀ ਰਿਟਾਇਰਡ ਮੇਜਰ ਜਨਰਲ GD ਬਖਸ਼ੀ ਕਹਿੰਦੇ ਨੇ ਕਿ ਸੇਵਾ ਦੇ ਦੌਰਾਨ ਕੋਈ ਵੀ ਜਵਾਨ ਐਡਜੂਟੈਂਟ ਜਨਰਲ ਬ੍ਰਾਂਚ ਰਾਹੀਂ ਆਪਣੀ ਵਸੀਅਤ ਬਣਵਾ ਸਕਦਾ ਹੈ, ਜਿਸ ਵਿੱਚ ਉਹ ਤੈਅ ਕਰ ਸਕਦਾ ਹੈ ਕਿ ਉਸਦੇ ਨਾ ਰਹਿਣ ਮਗਰੋਂ ਉਸਦੀ ਜਾਇਦਾਦ ਕਿਸ ਆਧਾਰ ਤੇ ਵੰਡੀ ਜਾਵੇ। ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੂਬਾ ਸਰਕਾਰਾਂ ਨੇ ਵੀ ਆਪਣੇ ਪੱਧਰ ਤੇ ਇਹਨਾਂ ਨਿਯਮਾਂ ਵਿੱਚ ਬਦਲਾਅ ਕੀਤੇ ਨੇ।
ਸੇਵਾ ਦੇ ਦੌਰਾਨ ਜਾਨ ਜਾਣ ਦੇ ਮਾਮਲਿਆਂ ਵਿੱਚ ਅਕਸਰ ਸੂਬਾ ਸਰਕਾਰਾਂ ਵੀ ਆਰਥਿਕ ਮਦਦ ਕਰਦੀਆਂ ਨੇ। ਇਸ ਤਰ੍ਹਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਕਈ ਸੂਬਾ ਸਰਕਾਰਾਂ ਨੇ ਆਪਣੀਆਂ ਨੀਤੀਆਂ ਵਿੱਚ ਬਦਲਾਅ ਕੀਤਾ ਹੈ। ਜੇਕਰ ਕਿਸੇ ਸੁਰੱਖਿਆ ਕਰਮੀ ਦੀ ਮੌਤ ਹੁੰਦੀ ਹੈ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਨੇ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਮਦਦ ਨੂੰ ਪਤਨੀ ਅਤੇ ਮਾਪਿਆਂ ਦੇ ਵਿਚਕਾਰ ਬਰਾਬਰ ਵੰਡ ਦਿੱਤਾ ਹੈ। ਸਾਲ 2022 ਦੇ ਇੱਕ ਫੈਸਲੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਵਧਾ ਕੇ 1 ਕਰੋੜ ਰੁਪਏ ਦੀ ਕਰ ਦਿੱਤੀ ਗਈ, ਜਿਸ ਦੇ ਤਹਿਤ 60 ਲੱਖ ਰੁਪਏ ਪਤਨੀ ਅਤੇ 40 ਲੱਖ ਰੁਪਏ ਮਾਤਾ ਪਿਤਾ ਨੂੰ ਦਿੱਤਾ ਜਾਂਦਾ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਨੇ ਸਾਲ 2020 ਵਿੱਚ ਫੈਸਲਾ ਲਿਆ ਕਿ ਸੂਬੇ ਦੇ ਕਿਸੇ ਵੀ ਫੌਜੀ ਦੀ ਮੌਤ ਹੁੰਦੀ ਹੈ ਤਾਂ ਉਸਨੂੰ 25 ਲੱਖ ਦੀ ਥਾਂ 50 ਲੱਖ ਰੁਪਏ ਦੀ ਰਾਸ਼ੀ ਮਿਲੇਗੀ। ਫੈਸਲੇ ਮੁਤਾਬਕ 50 ਲੱਖ ਵਿੱਚੋਂ 35 ਲੱਖ ਪਤਨੀ ਨੂੰ ਅਤੇ 15 ਲੱਖ ਰੁਪਏ ਮਾਪਿਆਂ ਨੂੰ ਦਿੱਤੇ ਜਾਣਗੇ। ਕੈਪਟਨ ਅੰਸ਼ੂਮਾਨ ਸਿੰਘ ਦੇ ਪਿਤਾ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਇਸ ਨਿਯਮ ਤਹਿਤ ਸੂਬਾ ਸਰਕਾਰ ਕੋਲੋਂ 15 ਲੱਖ ਰੁਪਏ ਮਿਲੇ ਨੇ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਸਾਲ 2017 ਵਿੱਚ ਪਤਨੀ ਨੂੰ ਮਿਲਣ ਵਾਲੀ 100% ਰਕਮ ਵਿੱਚ ਬਦਲਾਅ ਕੀਤਾ ਸੀ। ਹੁਣ 30% ਮਾਪਿਆਂ ਨੂੰ ਅਤੇ 70% ਰਾਸ਼ੀ ਪਤਨੀ ਅਤੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ।